ਸੂਚੀ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ। ਸਾਰੇ ਉਮੀਦਵਾਰ ਆਪਣੀ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਚੋਣ ਮੈਦਾਨ ਵਿੱਚ ਉਤਰੇ। ਉੱਥੇ ਹੀ ਪਿੰਡ ਨੰਗਲ ਤੋਂ ਸੂਝਵਾਨ ਮਿਹਨਤੀ ਉਮੀਦਵਾਰ ਜਗਰੂਪ ਦਾਸ ਮਹੰਤ ਚੋਣ ਮੈਦਾਨ ਵਿੱਚ ਆਏ, ਜਿਨ੍ਹਾਂ ਵੱਲੋਂ ਸਾਡੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਗਿਆ ਕਿ ਜੇਕਰ ਮੈਂ ਸਰਪੰਚੀ ਚੋਣਾਂ ਜਿੱਤ ਗਿਆ ਤਾਂ ਮੈਂ ਪਿੰਡ ਦੇ ਸਾਰੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਕਰਾਵਾਂਗਾ। ਕੀ ਨਾਮ ਆਪਣਾ ਜੀ? ਜਗਰੂਪ ਦਾਸ ਜੀ। ਹਾਂ ਜਗਰੂਪ ਦਾਸ ਜੀ, ਤੁਸੀਂ ਸਰਪੰਚੀ ਇਲੈਕਸ਼ਨ ਲੜ ਰਹੇ ਹੋ ਪਿੰਡ ਨੰਗਲ, ਕੀ ਕਹਿਣਾ ਚਾਹੋਗੇ? ਕੀ ਮਨ ਦੇ ਮੋਟਿਵ ਨੇ, ਕੀ ਵਿਚਾਰ ਨੇ, ਕੀ ਤੁਸੀਂ ਸਰਪੰਚ ਦੇ ਜਿਹੜੇ ਕਾਗਜ਼ ਭਰਨ ਤੋਂ ਪਹਿਲਾਂ ਕੀ ਤੁਸੀਂ ਪਿੰਡ ਦੀ ਸੇਵਾ ਕਰਨਾ ਚਾਹੋਗੇ? ਸਾਡੇ ਮਨ ਦੇ ਵਿਚਾਰੇ ਆ ਜੀ, ਜੋ ਗਰੀਬਾਂ ਨੇ ਕੱਚੇ ਘਰ ਨੇ ਉਹ ਪੱਕੇ ਘਰ ਨੇ, ਗਰੀਬਾਂ ਦੀ ਮਦਦ ਕਰਨੀ ਹਮੇਸ਼ਾ ਵਾਸਤੇ, ਕੋਈ ਵੀ ਮਦਦ ਹੋਵੇ ਜੋ ਸਾਡੇ ਕੋਲ ਸੈਂਟਰ ਦੀਆਂ ਸਕੀਮਾਂ ਹੋਣਗੀਆਂ, ਸਰਕਾਰ ਦੀਆਂ, ਪੰਜਾਬ ਸਰਕਾਰ ਦੀਆਂ ਉਹ ਸਕੀਮਾਂ ਘਰ ਘਰ ਪਹੁੰਚਾਉਣ ਦੀ ਖਾਤਰ ਅਸੀਂ ਸੁਨੇਹ ਦੇਵਾਂਗੇ, ਨਾਲ ਦਵਾਵਾਂਗੇ, ਜਾ ਕੇ ਸਹਿਯੋਗ ਕਰਾਂਗੇ ਪੂਰਾ। ਤੇ ਬਾਕੀ ਜੋ ਪਿੰਡ ਦੇ ਅਧੂਰੇ ਕੰਮ ਪਏ ਨੇ ਉਹ ਕਰਾਂਗੇ। ਪਹਿਲਾਂ ਅਸੀਂ ਛੇੜੀ ਕੱਢੀ ਆ 2 ਲੱਖ ਘਾਟੇ ਨੂੰ, 2.5 ਲੱਖ ਰੁਪਈਆ ਘਾਟੇ ਨੂੰ ਕੱਢੀ 5 ਸਾਲਾਂ ਦੇ ਵਿੱਚ, ਪਹਿਲਾਂ ਮੈਂਬਰ ਆਇਆ ਫਿਰ ਪ੍ਰਧਾਨ ਬਣਿਆ, ਤੇ ਉਹ ਕੱਢ ਕੇ ਨਵੀਂ ਛੇੜੀ ਪਾਈ 10 ਲੱਖ ਰੁਪਈਆ, ਅਸੀਂ ਉਹ ਤੇ ਵੀ ਲਾਇਆ, 10 ਲੱਖ ਦੇ ਸੰਦ ਵੀ ਲਾਏ। ਉਹਨਾਂ ਨੇ ਲੋਕਾਂ ਨੇ ਛੱਡ ਕੇ ਮੇਰੇ ਤੇ ਭਰੋਸਾ ਕੀਤਾ, ਮੈਨੂੰ ਲੋਕਾਂ ਤੇ ਭਰੋਸਾ, ਉਦੋਂ ਦੇ ਮੇਰੇ ਨਾਲ ਜੁੜੇ ਹੋਏ ਨੇ ਲੋਕ, ਅੱਜ ਤੱਕ ਉਹੀ ਉਵੇਂ ਜਿਵੇਂ ਖੜੇ ਨੇ, ਵਧੇ ਨੇ, ਘਟੇ ਨੀ ਹੈਗੇ, ਵਧੇ ਹੀ ਨੇ। ਜੋ ਵੀ ਕੰਮ ਅਧੂਰੇ ਪਏ ਨੇ ਅਸੀਂ ਕਰਾਵਾਂਗੇ, ਜੋ ਵੀ ਸਾਡੇ ਘਾਟ ਆ, ਡਿਸਪੈਂਸਰੀ ਆ, ਤੇ ਬਾਕੀ ਹੋਰ ਅਧੂਰੇ ਕੰਮ ਪਏ ਨੇ ਕੋਈ ਸਾਡੇ ਪਿੰਡਾਂ ਦੇ, ਪਿੰਡ ਦੇ ਸਾਰੇ। ਕੀ ਸੁਨੇਹਾ ਦੇਣਾ ਚਾਹੋਗੇ ਵੋਟਾਂ ਦੇ ਪਿੰਡ ਵਾਸਤੇ? ਪਿੰਡ ਵਾਸਤੇ ਇਹੀ ਸੁਨੇਹਾ ਜੀ ਸਾਡਾ, ਵੀ ਅਸੀਂ ਉੱਚਾ ਚੱਕ ਕੇ ਲੈ ਕੇ ਜਾਵਾਂਗੇ ਪਿੰਡ ਨੂੰ ਮਾਡਲ ਦੇ ਹਾਊਸ ਤੇ। ਕੀ ਨਾਮ ਭਾਈ ਜੀ ਆਪਣਾ? ਮੇਰਾ ਨਾਮ ਗੁਰਜੀਤ ਸਿੰਘ ਹੈ ਜੀ। ਜੀ ਜਗਰੂਪ ਦਾਸ ਜੀ ਇਲੈਕਸ਼ਨ ਲੜ ਰਹੇ ਨੇ ਆਪਣੇ ਨੰਗਲ ਪਿੰਡ, ਤੁਸੀਂ ਯੂਥ ਤੋਂ ਕਹਿੰਦੇ ਜਿੱਧਰ ਯੂਥ ਹੋ ਜੇ ਲਗਭਗ ਜਿੱਤ ਪੱਕੀ ਹੁੰਦੀ ਹੈ, ਤੁਹਾਡੇ ਯੂਥ ਦਾ ਕੀ ਕਹਿਣਾ ਜੀ? ਯੂਥ ਦਾ ਤਾਂ ਇਹੀ ਕਹਿਣਾ ਜੀ, ਯੂਥ ਪਹਿਲਾਂ ਮੈਂਬਰ ਸਾਹਿਬ ਰਹੇ ਨੇ ਪੰਚਾਇਤ ਦੇ ਵਿੱਚ ਨੇ, ਐਕਸਪੀਰੀਅੰਸ ਹੈ ਇਹਨਾਂ ਨੂੰ, ਯੂਥ ਦੇ ਨਾਲ ਜੋੜ ਕੇ ਚੱਲਦੇ ਨੇ। ਦੂਜੀ ਗੱਲ ਇਹ ਹੈ ਵੀ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਕਦੇ, ਨਾ ਕੋਈ ਤੇਲ ਪਵਾਇਆ, ਠਾਣੇ ਵੀ ਕੋਈ ਗੱਲ ਏਡੀ ਸਾਡੀ ਜਾਨ ਨਹੀਂ ਦਿੱਤੀ ਗਈ, ਪਿੰਡ ਚ ਹੀ ਨਿਬੇੜ ਦਿੰਦੇ ਸਿਆਣੇ ਬੰਦੇ ਨੇ, ਸਿਆਣੇ ਬੰਦੇ ਨੇ, ਕਿਸੇ ਤੋਂ ਰੁਪਈਆ ਨਹੀਂ ਲੈਣਾ, ਕਿਸੇ ਨੂੰ ਕੋਈ ਗਲਤ ਰਾਹ ਨਹੀਂ ਪਾਉਣਾ, ਕਿਸੇ ਨੂੰ ਯੂਥ ਨੂੰ ਨਸ਼ਿਆਂ ਤੋਂ ਜੇ ਕੋਈ ਬੰਦਾ ਕੋਈ ਚੱਲਦਾ ਲੱਗਦਾ ਉਹ ਵੀ ਰੋਕ ਦਿੰਦੇ। ਧਾਰਮਿਕ ਕਿਹੋ ਜਿਹੇ ਖਿਆਲ ਰਹਿੰਦੇ? ਧਾਰਮਿਕ ਹਰੇਕ ਧਰਮ ਨੂੰ ਜੀ ਬਰਾਬਰ ਸਮਝਦੇ, ਹੁਣ ਅਸੀਂ ਗੇੜਾ ਦਿੱਤਾ, ਗੁਰਦੁਆਰਾ ਸਾਹਿਬ ਵੀ ਗਏ ਨੇ, ਆਪਣੇ ਰਵਿਦਾਸ ਭਗਤ ਮੰਦਿਰ ਵੀ ਗਏ ਨੇ, ਸਾਰੇ ਧਰਮਾਂ ਦੇ ਮੱਥਾ ਟੇਕਿਆ ਜੀ, ਸਾਰਿਆਂ ਨੂੰ ਇੱਕ ਬਰਾਬਰ ਸਮਝਦੇ ਨੇ, ਸਾਰੀਆਂ ਜਿਵੇਂ ਕੋਈ ਆਪਣੇ ਵੰਡੀਆਂ ਹੁੰਦੀਆਂ ਨੇ ਸਮਾਜ ਦੇ ਵਿੱਚ, ਜਾਤੀਆਂ ਪ੍ਰਜਾਤੀਆਂ, ਉਹ ਕੋਈ ਸਾਡੇ ਇਹੋ ਜਿਹਾ ਕੰਮ ਨਹੀਂ, ਸਾਰਿਆਂ ਨੂੰ ਬਰਾਬਰ ਜੀ, ਸਾਰੇ ਬਰਾਬਰ ਨੇ। ਤੁਹਾਡੇ ਯੂਥ ਵੱਲੋਂ ਕੋਈ ਸਮਰਥਨ ਦਿੱਤਾ ਜਾ ਰਿਹਾ, ਤੁਹਾਡਾ ਵੀ ਕੋਈ ਮਨ ਦਾ ਕੋਈ ਹੈ ਜੀ, ਤੁਹਾਡੀ ਗੱਲਬਾਤ ਜਿਹੜੀ ਤੁਸੀਂ ਇਹਨਾਂ ਤੱਕ ਜਾਣੂ ਕਰਵਾਇਆ, ਸਰਪੰਚ ਬਣਨ ਤੋਂ ਬਾਅਦ ਜਿਹੜੇ ਪਹਿਲ ਧਾਰ ਤੇ ਉਹ ਧਿਆਨ ਦੇਣਗੇ? ਅਸੀਂ ਤਾਂ ਜੀ ਇਹੀ ਕਹਿੰਦੇ ਹਾਂ ਵੀ ਜਿਹੜਾ ਇੱਕ ਤਾਂ ਮਾੜੀ ਮੋਟੀ ਜਿਹੜੀ ਨਸ਼ੇ ਦੀ ਕੋਈ ਹੈਗੀ ਆ ਸਾਡੇ ਪਿੰਡ ਦੇ ਵਿੱਚ, ਵੈਸੇ ਤਾਂ ਕੋਈ ਜ਼ਿਆਦਾ ਠੀਕ ਹੋ ਚੁੱਕੀ ਆ, ਉਹ ਦੂਰ ਕਰਨੀ ਹੈ ਜੀ। ਸਰ ਖੇਡਾਂ ਬਾਰੇ ਜਿਵੇਂ ਸਾਡੇ ਗਰਾਊਂਡ ਬਹੁਤ ਵਧੀਆ ਬਣਿਆ ਜੀ, ਸਾਡੇ ਮੀਤਗਰ ਦੀ ਕਿਰਪਾ ਨਾਲ ਸਾਡੇ ਪਿੰਡ 'ਚ ਕੰਮ ਤਾਂ ਬਹੁਤ ਹੋ ਚੁੱਕੇ ਨੇ ਜੀ, ਹਸਨਪ੍ਰੀਤ ਭਾਰਤਵਾਜ ਉਹ SD ਸਾਹਿਬ ਦਾ ਪਿੰਡ ਹੈ ਜੀ, ਬਹੁਤ ਕੰਮ ਹੋ ਚੁੱਕੇ ਆ ਵੀ ਉੱਥੇ ਸੁਧਾਰ ਖੇਡਾਂ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ ਨੌਜਵਾਨਾਂ ਨੂੰ, ਉਹਦੇ ਲਈ ਅਸੀਂ ਕਦਮ ਚੁੱਕ ਰਹੇ ਹਾਂ, ਜਾਂ ਸਾਡੇ ਜਿਵੇਂ ਕੋਈ ਹੁਣ ਲੇਖ ਬਣ ਗਏ ਉੱਧਰ, ਉਹਦੇ ਵਿੱਚ ਕੋਈ ਜਾਣੀ ਸਿਸਟਮ ਚਲਾਉਣ ਦਾ, ਵੀ ਜਦੋਂ ਸਰਪੰਚ ਬਣ ਗਏ ਸੀ ਉਦੋਂ ਵੀ ਸਾਰੀਆਂ ਚੀਜ਼ਾਂ ਖੇਡਾਂ ਦੇ ਆਧਾਰ ਤੇ ਨਸ਼ਿਆਂ ਦੇ ਆਧਾਰ ਨੂੰ ਲੈ ਕੇ ਮੂਹਰੇ ਲੈ ਕੇ ਚੱਲਾਂ। ਤੁਹਾਡਾ ਸੁਪਨਾ ਕੀ ਤੁਹਾਡਾ ਜਿਹੜਾ ਪਿੰਡ ਮਾਡਲ ਬਣੇ? ਹਾਂਜੀ ਸਾਡਾ ਪਿੰਡ ਪਹਿਲੀ ਮਾਡਲ ਆ, ਜਿਵੇਂ ਹੁਣ ਸਾਰੇ ਕੰਮ ਹੋ ਚੁੱਕੇ ਨੇ, ਜਿਹੜੇ ਰਹਿੰਦੇ ਉਹ ਸਰਪੰਚ ਸਾਹਿਬ ਜਦੋਂ ਜਿੱਤ ਗਏ ਸੀ ਕਹਿ ਕੇ ਕਰਾਵਾਂਗੇ ਜੀ, ਇਹਨਾਂ ਨੂੰ ਕਹਾਂਗੇ ਹੋਰ ਇਹਨਾਂ ਤੋਂ, ਇਹ ਇੱਕਦਮ ਰਾਤ ਨੂੰ ਵੀ ਇਹਨਾਂ ਨੂੰ ਜੇ ਤੁਸੀਂ ਕਾਲ ਕਰੋਗੇ ਤਾਂ ਰਾਤ ਨੂੰ ਵੀ ਇਹ ਫੋਨ ਚੱਕ ਕੇ ਤੁਹਾਡੇ ਨਾਲ ਗੱਡੀ ਲੈ ਕੇ ਤੁਰਨਗੇ, ਜੇ ਜੇਬ 'ਚ ਪੈਸੇ ਪਾ ਕੇ ਤੁਰਨਗੇ, ਸੋਚ ਤੋਂ ਕਦੇ ਰੁਪਈਆ ਲੱਗਣ ਨਹੀਂ ਤਾਂ, ਨਾ ਚਾਹ ਪਾਣੀ, ਨਾ ਤੇਲ, ਨਾ ਕੋਈ ਹੋਰ ਗੱਲਬਾਤ ਆ, ਜੇ ਕੋਈ ਬੰਦਾ ਇਹ ਵੀ ਹੈ ਵੀ ਥਾਣੇ 'ਚ ਫੜਿਆ ਵੀ ਗਿਆ ਤਾਂ ਛੜਾ ਕੇ ਹੱਥ ਨੂੰ ਘਰੇ ਲਿਆਂਦਾ ਹੀ ਨਹੀਂ, ਜੇ ਤੂੰ 50,000 ਲੈ ਕੇ ਕਹਿਤਾ ਵੀ ਕੋਈ ਨਹੀਂ ਜੀ ਕੱਲ ਨੂੰ ਛੜਾ ਲਾਂਗੇ, ਇਹ ਗੱਲਾਂ ਜਮਾ ਨਹੀਂ, ਇਹ ਬੰਦਾ ਜਿੱਤ ਕੇ ਸਾਡੇ ਪਿੰਡ ਨੂੰ ਉੱਚੇ ਲੈ ਕੇ ਜਾਊਗਾ। ਇਹ ਦੇਖੋ ਸੋਸਾਇਟੀ ਤੋਂ ਉੱਠੇ ਜੀ, ਸੋਸਾਇਟੀ ਦੇ ਵਿੱਚ ਇਹ ਮੈਂਬਰ ਰਹੇ, ਫਿਰ ਇਹ ਪ੍ਰਧਾਨ ਰਹੇ, ਸੋਸਾਇਟੀ ਇਹਨਾਂ ਨੇ ਉੱਪਰ ਚੁੱਕੀ, ਫਿਰ ਇਹ ਪੰਚ ਰਹੇ, ਇਦੋਂ ਬਾਅਦ ਇਹਨਾਂ ਦਾ ਗਰੋਥ ਉੱਪਰ ਨੂੰ ਜਾ ਰਹੀ ਹੈ। ਅਸੀਂ ਤਾਂ ਇਹ ਚਾਹੁੰਦੇ ਵੀ ਸਰਪੰਚ ਤੋਂ ਵੀ ਉੱਪਰ ਇਹਨਾਂ ਦੀ ਗਰੋਥ ਹੋਵੇ, ਇਹ ਬਣ ਕੇ ਯੂਥ ਨੂੰ ਸਾਡੇ ਨੂੰ ਨਾਲ ਲੈ ਕੇ ਚੱਲਣਗੇ। ਅਸੀਂ ਇਹਨਾਂ ਸਮਾਜ ਜਿਹੜੇ ਪਿਛਲੇ ਸਰਪੰਚ ਸੀਗੇ ਉਹਨਾਂ ਬਾਰੇ ਕੀ, ਜਿਹੜੇ ਪਿਛਲੇ ਕਾਰਜਕਾਲ ਟਾਈਮ ਸੀਗਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਉਹਨਾਂ ਦਾ ਕਾਰਜਕਾਲ ਸੀ ਜਿਹੜਾ, ਜਿੰਨੀਆਂ ਉਹਨਾਂ ਨੂੰ ਗ੍ਰਾਂਟਾਂ ਆਈਆਂ ਉਹਨਾਂ ਨੇ ਲਾਤੀਆਂ ਜੀ, ਬਾਕੀ ਜਿੰਨਾ ਕੁ ਸਰਪੰਚ ਸਾਹਿਬ ਨੇ ਕੰਮ ਹੋਇਆ ਉਹਨਾਂ ਨੇ ਕੀਤਾ ਜੀ, ਜਿਹੜਾ ਉਹਨਾਂ ਦਾ ਕੰਮ ਅਧੂਰਾ ਰਹਿ ਗਿਆ ਉਹ ਅਸੀਂ ਕਰਦੇ ਹਾਂ ਜੀ। ਹੁਣ ਕੀ ਮੈਸੇਜ ਦੇਣਾ ਚਾਹੁੰਦੇ? ਮੈਸੇਜ ਤਾਂ ਇਹ ਦੇਣਾ ਚਾਹੁੰਦੇ ਲੋਕਾਂ ਨੂੰ ਕਹਿਣੇ ਵੀ ਸਮਝੋ ਭਾਈ, ਚੰਗਾ ਬੰਦਾ ਚੁਣੋ, ਜਿਹੜਾ ਬੰਦਾ ਸਮਝਦਾਰ ਆ, ਲੋਕਾਂ ਦੇ ਹਿੱਤਾਂ ਦੀ ਗੱਲ ਕਰਦਾ, ਲੋਕਾਂ ਲਈ ਖੜਦਾ, ਉਹ ਬੰਦਾ ਚੁਣੋ, ਉਹ ਬੰਦਾ ਨਾ ਚੁਣੋ ਜਿਹੜਾ ਕਹਿੰਦਾ ਵੀ ਗੱਡੀ 'ਚ ਬੈਠਣ ਸਾਰ ਵੀ ਹਾਂ ਵੀ ਪਹਿਲਾਂ ਮੈਨੂੰ ਤੇਲ ਪਵਾ ਫਿਰ ਮੈਂ ਤੈਨੂੰ ਲੈ ਕੇ ਚੱਲੂ ਜੇ ਕੋਈ ਆਪਾਂ ਨੂੰ ਕੰਮ ਪੈ ਗਿਆ। ਇਹੋ ਜਿਹਾ ਬੰਦਾ ਨਾ ਚੁਣੋ, ਚੰਗਾ ਬੰਦਾ ਚੁਣੋ, ਪਰਖਿਆ ਹੋਇਆ ਬੰਦਾ ਜਿਹੜਾ ਨਾਲ ਖੜਨ ਵਾਲਾ, ਹਮੇਸ਼ਾ ਮੂੰਹ ਤੇ ਗੱਲ ਕਹਿਣ ਵਾਲਾ। ਅਸੀਂ ਤਾਂ ਇਹੀ ਸੁਨੇਹਾ ਦਿੰਦੇ, ਮੈਸੇਜ ਦਿੰਦੇ ਹਾਂ ਸਾਰੇ ਪਿੰਡ 'ਚ ਡੋਰ ਟੂ ਡੋਰ ਵੀ, ਭਾਈ ਚੰਗਾ ਬੰਦਾ ਜਗ
ਕਰਮਜੀਤ ਹੈ ਜੀ। ਕਰਮਜੀਤ ਜੀ, ਜਗਰੂਪ ਮਹੰਤ ਜੀ ਤੁਹਾਡੇ ਨੰਗਲ ਪਿੰਡ ਚ ਚੋਣ ਲੜ ਰਹੇ ਨੇ, ਤੁਹਾਡੇ ਘਰ ਵੱਲੋਂ ਤੁਹਾਡੀ ਅਸੀਂ ਕਵਰਿੰਗ ਕਰ ਰਹੇ ਹਾਂ, ਕੀ ਕਹਿਣਾ ਚਾਹੋਗੇ? ਪੂਰੇ ਇੱਕ ਨੰਬਰ ਬੰਦੇ ਨੇ ਜੀ, ਇਹਦੇ ਵਰਗਾ ਬੰਦਾ ਪਿੰਡ ਨੂੰ ਮਿਲਣਾ ਨੀ ਜੀ। ਜੀ, ਗਰੀਬਾਂ ਦੇ ਹਮਦਰਦ ਨੇ ਜੀ, ਸਾਡੇ ਸੋਸਾਇਟੀ 18-20 ਲੱਖ ਘਾਟੇ ਸੀ ਜੀ। ਜੀ, ਪਹਿਲਾਂ ਮੈਂਬਰ ਰਹੇ, ਫਿਰ ਉਹਦਾ ਪ੍ਰਧਾਨ ਰਹੇ, ਜਦੋਂ ਇਹਨਾਂ ਨੇ ਪ੍ਰਧਾਨਗੀ ਛੱਡੀ ਆ, 12-13 ਲੱਖ ਰੁਪਇਆ ਨਫੇ ਚ ਲਿਆ ਕੇ, ਛੰਦ ਲਿਆ ਕੇ ਦਿੱਤੇ ਨੇ, ਫਿਰ ਪਿਛਲੀ ਵਾਰ ਮੈਂਬਰ ਰਹੇ ਨੇ, ਜਿਹੜੇ ਕੰਮ ਸਰਪੰਚ ਨਹੀਂ ਹੁੰਦੇ ਸੀ ਉਦੋਂ ਇਹ ਕਰਦਾ ਸੀ ਜੀ। ਜੀ, ਸਾਡੇ ਤਾਂ ਜੀ ਐਂ ਆ, ਸਾਡੇ ਤਾਂ ਸਾਰੇ ਵਾਰਡ ਦੀ ਸਹੁੰ ਖਾਧੀ ਵੀ ਆ ਜੀ, ਵੀ ਹੋਰ ਕਿਸੇ ਨੂੰ ਵੋਟ ਹੀ ਨੀ ਪਾਉਣੀ ਅਸੀਂ। ਜਿੱਤਦੇ ਫਿਰ ਹਾਰ ਇਹਨਾਂ ਦੀ ਪਾਉਣੇ ਆ? ਹਾਂ ਜੀ, ਇਹਦੇ ਇਹਨਾਂ ਦੀ ਪਾਉਣੇ ਆ ਜੀ। ਤੁਹਾਨੂੰ ਤੁਸੀਂ ਹੋਰ ਕੀ ਉਮੀਦ ਰੱਖਦੇ ਹੋ ਸਰਪੰਚ ਬਣਨ ਤੋਂ ਬਾਅਦ, ਜਿਹੜਾ ਤੁਸੀਂ ਇਹਨਾਂ ਸਰਪੰਚ ਬਣਨ ਤੋਂ ਆਏ ਆ ਜੀ? ਪਹਿਲੀ ਗੱਲ ਤਾਂ ਇਹ, ਗਰੀਬਾਂ ਦੇ ਨਾਲ ਖੜਨ ਵਾਲਾ ਜੀ। ਜੀ, ਇੱਕ ਜੇ ਕਿਸੇ ਦੇ ਨਾਲ ਤੁਰ ਪਿਆ ਜੀ, ਕਿਸੇ ਦੀ 25 ਰੁਪਈਏ ਦੀ ਨੀ ਲੱਗਣ ਦਿੰਦਾ, ਆਪਦੇ ਕੋਲੋਂ ਖਰਚਾ ਕਰਦਾ ਜੀ। ਜੀ, ਸੱਚੀ ਨੂੰ ਸੱਚੀ ਕਹਿਣ ਵਾਲਾ ਜੀ, ਬਸ ਗੱਲ ਤਾਂ ਮੇਨ ਦਾ ਸੀ, ਇਹ ਗੱਲਾਂ ਤੋਂ ਵੀ ਜੇ ਮੇਰੇ ਚ ਕਸੂਰ ਤਾਂ ਮੈਨੂੰ ਕਹੂ, ਜੇ ਤੁਹਾਡੇ ਚ ਕਸੂਰ ਆ ਤਾਂ ਤੁਹਾਨੂੰ ਕਹੂ। ਜੀ, ਬਸ ਤਾੜਾ ਵਾਲਾ ਬੰਦਾ ਜੀ। ਕੀ ਨਾਮ ਹੈ ਜੀ ਆਪਣਾ? ਜੀ, ਮੇਰਾ ਨਾਮ ਜੀ ਗੁਰਮੇਲ ਸਿੰਘ ਕਾਲਾ, ਸਾਬਕਾ ਮੈਂਬਰ ਪਿੰਡ ਨੰਗਲ। ਮੈਂਬਰ ਸਾਹਿਬ, ਜਗਰੂਪ ਮਹੰਤ ਜੀ ਇਲੈਕਸ਼ਨ ਲੜ ਰਹੇ ਨੇ ਨੰਗਲ ਪਿੰਡ ਤੋਂ, ਤੁਸੀਂ ਮਹੰਤ ਵੀ ਰਹੇ ਹੋ, ਕੀ ਕਹਿਣਾ ਚਾਹੋਗੇ ਜਗਰੂਪ ਮਹੰਤ ਜੀ? ਜਗਰੂਪ ਮਹੰਤ ਜੀ ਬਹੁਤ ਵਧੀਆ ਛੋਟੇ ਹੋਏ ਬੰਦੇ ਨੇ, ਬਹੁਤ ਸਿਆਣੇ ਬੰਦੇ ਆ ਜੀ, ਤੇ ਪਿੰਡ ਦੇ ਪਹਿਲਾਂ ਵਰਤਾਏ ਹੋਏ ਨੇ ਲੋਕਾਂ ਦੇ, ਤੇ ਪਿੰਡ ਦੇ ਵਿੱਚ ਪਹਿਲਾਂ ਇਹਨਾਂ ਦੇ ਨਾਲ ਪਹਿਲਾਂ ਵੀ ਮੈਂਬਰ ਰਹੇ ਨੇ ਸਾਡੇ ਨਾਲ, ਉਦੋਂ ਪਹਿਲਾਂ ਇਹ ਸੈਟੀ ਦੇ ਮੈਂਬਰ ਰਹੇ ਨੇ, ਫਿਰ ਸੈਟੀ ਦੇ ਲੋਕਾਂ ਨੇ ਸੰਮਤੀ ਦੇ ਨਾਲ ਪ੍ਰਧਾਨ ਬਣਾਏ ਸੀਗੇ, ਜੋ ਸਾਡੀ ਸੈਟੀ ਸੀਗੀ 24-25 ਲੱਖ ਰੁਪਏ ਦੇ ਘਾਟੇ ਦੇ ਵਿੱਚ ਚੱਲ ਰਹੀ ਸੀ ਰੇਹ ਵਾਲੀ, ਉਹ ਇਹਨਾਂ ਨੇ ਆਪਦੀ ਮਿਹਨਤ ਤੇ ਜ਼ੋਰ ਜ਼ਿਆਦਾ ਲੋਕਾਂ ਦੇ ਸਹਿਯੋਗ ਦੇ ਨਾਲ ਘਾਟੇ ਦੇ ਵਿੱਚੋਂ ਕੱਢੀ, ਤੇ ਜੋ ਬਿਲਡਿੰਗ ਬਣਾਈ, ਬਿਲਡਿੰਗ ਲੋਕਾਂ ਦੇ ਸਹਿਯੋਗ ਦੇ ਨਾਲ, ਉਹ ਵੀ ਬਹੁਤ ਸੋਹਣੀ ਸੈਟੀ ਦੀ ਬਣਾਈ, ਲੋਕਾਂ ਦੇ ਪ੍ਰਤੇਵ ਤੇ ਇਮਾਨਦਾਰ ਮੰਨੇ ਪਰਮੰਨੇ ਵਧੀਆ ਕੈਂਡੀਡੇਟ ਨੇ, ਲੋਕਾਂ ਨੂੰ ਬਹੁਤ ਵਧੀਆ ਵੱਡਾ ਹੰਗਾਰਾ ਰਹਿੰਦਾ, ਜਿੱਤਣਗੇ ਚੰਗੇ ਬੰਦੇ ਨੇ। ਕਿਹੋ ਜਿਹਾ ਰਵਈਆ, ਕਿਹੋ ਜਿਹਾ ਪਰਿਵਾਰ ਹੈ, ਕਿਹੋ ਜਿਹਾ ਰਵਈਆ? ਪਰਿਵਾਰ ਖਾਨਦਾਨੀ ਪਹਿਲੇ ਜੀ ਕੀਤਾ, ਸਰਪੰਚ ਪੰਚ ਇਹਨਾਂ ਦੇ ਵਡੇਰੇ ਬਣਦੇ ਆਏ ਨੇ, ਕਿਉਂ ਰਵਈਆ ਰਵਈਆ ਬਿਲਕੁਲ ਵੱਖਰਾ ਹੈਗਾ, ਕੀ ਆ ਗੱਲ ਮੂੰਹ ਤੇ ਕਹਿਣ ਵਾਲੇ ਨੇ, ਕੋਰੇ ਕਰਾਰੇ ਨੇ। ਟੋਰ ਟੂ ਡੋਰ ਤੁਸੀਂ ਘਰ ਘਰ ਜਾ ਕੇ ਕੰਪੇਨ ਕਰ ਰਹੇ ਹੋ, ਕੀ ਕਹਿਣਾ ਪਿੰਡ ਵਾਸਤੇ? ਪਿੰਡ ਵਾਸਤੇ ਬਹੁਤ, ਪਿੰਡ ਦਾ ਜੋ ਅੱਜ ਹੰਗਾਰਾ ਮਿਲਿਆ ਪਿੰਡ ਦਾ, ਇਹੀ ਕਹਿਣਾ ਸਾਡਾ ਤਾਂ ਲੋਕਾਂ ਨੂੰ ਵੀ ਜਿਤਾਓ, ਇਹਨਾਂ ਨੂੰ ਬਹੁਤ ਚੰਗੇ ਬੰਦੇ ਨੇ, ਪੂਰੇ ਇਮਾਨਦਾਰੀ ਨਾਲ ਕੰਮ ਕਰਨਗੇ, ਜੇ ਬਾਂਹ ਫੜ ਕੇ ਕਰਵਾਉਣ ਵਾਲੇ ਨੇ, ਹਰ ਇੱਕ ਦੇ ਨਾਲ ਜਾਣ ਵਾਲੇ ਨੇ, ਨਾ ਕਿਸੇ ਦਾ ਅੱਜ ਤੱਕ ਕੋਈ ਤੇਲ ਇਹਨਾਂ ਨੇ ਪੰਚਾਇਤ ਦੇ ਵਿੱਚ, ਨਾ ਕਿਸੇ ਤੋਂ ਕੋਈ ਚਾਹ ਦਾ ਕੱਪ ਨਹੀਂ ਪੀਂਦੇ, ਕੋਈ ਪੀਣ ਖਾਣ ਵਾਲੇ ਨੇ, ਕੋਈ ਦਾਰੂ ਪਹਿਲਾਂ ਨਹੀਂ ਛਕਣ ਵਾਲੇ ਹੈਗੇ, ਬਹੁਤ ਵਧੀਆ ਉਵੇਂ ਜਿਵੇਂ ਪਰਿਵਾਰ ਦੇ ਨਾਲ ਜੋ ਟਿੱਕੀ ਵੀ ਇਹਦੀ ਫੋਟੋ ਨੂੰ